ਇਹ ਸੀ ਢੋਲੇਵਾਲ ਚੌਂਕ ਜਿਹੜਾ ਬਲੋਕ ਖੱਟ ਹੈ ਉੱਥੇ ਹੋਇਆ ਸਰ। ਦੇਖਿਆ ਜਾਵੇ ਕਿੰਨੇ ਆਦਮੀ ਸੀ ਕਿਹੜੇ ਜਿਹੜੇ? ਸਰ ਅਸੀਂ ਤਾਂ ਅਜੇ ਆਏ ਹਾਂ, ਆ ਕੇ ਬੋਡੀ ਚੱਕੀ ਆ, ਉਹਨੂੰ ਉਦੋਂ ਚੈੱਕ ਕਰਾਂਗੇ ਕਿ ਉਹਦੇ ਕੋਲੋਂ ਉਹਦਾ ਕੋਈ ਐਡਰੈਸ ਜਾਂ ਜੋ ਵੀ ਨਿਕਲਦਾ। ਡੈੱਡ ਬੋਡੀ ਸਾਨੂੰ ਇੱਕ ਮਿਲੀ ਆ, ਦੂਸਰਾ ਕਹਿੰਦੇ ਕਿ ਹੋਸਪਿਟਲ ਸਿਵਲ ਹੋਸਪਿਟਲ ਜਾ ਕੇ ਬਹੁਤ ਹੋ ਰਿਹਾ ਜੀ ਸਰ। ਹੁਣ ਅਸੀਂ ਤਾਂ ਇਹ ਜੋ ਮੌਕੇ 'ਤੇ ਕਾਰਵਾਈ ਬਣਦੀ ਕਰਦੇ ਹਾਂ, ਬਾਕੀ ਸੀਨੀਅਰ ਅਫਸਰਾਂ ਦੇ ਨੋਟਸ ਵਿੱਚ ਲਿਆਵਾਂਗੇ ਜਿੱਦਾਂ ਵੀ ਜੋ ਵੀ ਹੋਊਗਾ। ਜ਼ਰੂਰ ਹੋਣਾ ਚਾਹੀਦਾ, ਅਸੀਂ ਤਾਂ ਪਹਿਲਾਂ ਇਹਨੂੰ ਚੱਕਾਂਗੇ ਬਾਅਦ ਵਿੱਚ। ਕਿੰਨੇ ਦਿਨ ਵਕਤ ਹੈ ਜੀ? ਇਹ ਜੀ ਕੋਈ 20 ਮਿੰਟ ਹੋਏ ਹੋਣੇ। ਪਤਾ ਲੱਗਿਆ ਇਹ ਜੀ ਇੱਧਰੋਂ ਗਈ ਆ ਮੀਮੋ 'ਤੇ, ਉਹ ਪਤਾ ਲੱਗੇਗਾ ਜੀ ਇੱਧਰੋਂ। ਹਾਂਜੀ ਦਰਗਿਆਨਾ ਐਕਸਪ੍ਰੈਸ ਹੈ, ਇੱਥੋਂ ਮੀਮੋ ਲਵਾਂਗੇ ਅਤੇ ਅਸੀਂ ਤਾਂ ਫੋਨ 'ਤੇ ਆਏ ਪਹਿਲਾਂ। ਠੀਕ ਹੈ ਜੀ ਆਰ ਪੀ ਲਗਾਉਣਾ। ਗੁਰਮਨ ਪ੍ਰਸਾਦ ਹਮਾਰੇ ਸਾਹਮਣੇ, ਹਮ ਜਾ ਰਹੇ ਥੇ ਪਲੇਟ ਦੇਣੇ ਕੇ ਲੀਏ ਤਬ ਹੁਆ ਥਾ। ਹਾਂ ਤਾਂ ਤਰੁਣ ਪਿੰਟਰ ਸੀਮਾ ਚੌਕ ਪਰ ਗਏ ਹੈ ਤਬ ਹਮ ਆਏ ਹੈ। ਰਮਨ ਪ੍ਰਸਾਦ ਕਿਤਨੇ ਵਜੇ ਵਾਕੇ ਜੀ? ਆਧਾ ਘੰਟਾ ਪਹਿਲੇ ਕੀ ਬਾਤ ਹੈ। ਹਾਂ ਕਿਤਨੇ ਆਦਮੀ ਥੇ ਜੀ? ਇਹ ਚਾਰ ਆਦਮੀ ਥੇ, ਚਾਰੋਂ ਬੈਠਾ ਹੁਆ ਥਾ ਦਾਰੂ ਪੀ ਕਰਕੇ। ਦਾਰੂ ਪੀ ਹੋਈ? ਹਾਂ ਦਾਰੂ ਪੀਏ ਹੋਏ ਥਾ, ਜਿਸਮੇ ਤਿੰਨ ਗੋ ਹਟਾ, ਇੱਗੋ ਬਹੁਤ ਪੀਏ ਹੋਏ ਥਾ ਇਸੀ ਲਈ ਉਹ ਹਟਾ ਨਹੀਂ, ਦੂਸਰਾ ਗਿਆ ਉਸਕੋ ਖਿੱਚਣੇ ਕੇ ਲਈ, ਤਬ ਤੱਕ ਗਾੜੀ ਆ ਗਿਆ ਉਸਕੋ ਝਟਕਾ ਸੇ ਏਗੋ ਕੋ ਫੇਂਕ ਦਿਆ, ਵਹੀ ਪੱਥਰ ਕਾ ਯਹਾਂ ਚੋਟ ਲੱਗ ਗਿਆ। ਅਬ ਕਹਾਂ ਕੇ ਥੇ ਸੋ ਹਮਕੋ ਜਾਣਾ, ਹਮ ਤਾਂ ਮਾਰਕੀਟ ਮੇ ਕਾਮ ਕਰਤੇ ਹੈ, ਜਾਤੇ ਆਤੇ ਰਹਤੇ ਹੈ 10 ਬਾਰ। ਪੁਲਿਸ ਮੌਕੇ ਪੇ ਆ ਗਈ ਥੀ ਕਿਤਨੀ ਦੇਰ ਬਾਅਦ ਆਈ ਥੀ? ਹੈਂ ਯਹਾਂ ਪੇ ਲੋਗ ਐਸੇ ਬੈਠੇ ਰਹਤੇ ਹੈ? ਵਹਾਂ ਐਸੇ ਹੀ ਬੈਠੇ ਰਹਤੇ ਹੈ। ਤੋ ਕੋਈ ਇਹਨੂੰ ਕੋ ਰੋਕਤਾ ਨਹੀਂ ਕੋਈ ਜੀਆਰਪੀ? ਅਰੇ ਸਭ ਕਹਤਾ ਹੈ ਲੇਕਿਨ ਹਟਤਾ ਹੀ ਨਹੀਂ ਹੈ ਕੋਈ, ਹਮ ਤਾਂ ਅਬ ਆਪਣਾ ਕਾਮ ਰਹਤਾ ਗਏ ਆਏ, ਗਾੜੀ ਦੇਖੇ ਤਬ 10 ਮਿੰਟ ਅਟਕ ਜਾਤੇ। ਭਾਜੀ ਬਸ ਹੁਣ ਤੁਹਾਨੂੰ ਕੀ ਕਹੀਏ, ਸਾਰੇ ਖੜ੍ਹੇ ਨੇ, ਹੁਣ ਦੇਖ ਸਕਦੇ ਕਿ ਆਪਾਂ ਰੇਲਵੇ ਦੀ ਗਲਤੀ ਵੀ ਹੋ ਸਕਦੀ ਹੈ, ਕੁਛ ਆਮ ਜਨਤਾ ਦੀ ਵੀ ਗਲਤੀ ਹੈ ਕਿ ਜਿਹੜੇ ਦੇਖਦੇ ਨਹੀਂ ਹੋਰਨ, ਜਿਹੜਾ ਟ੍ਰੇਨ ਦਾ ਹੋਰਨ ਹੁੰਦਾ ਠੀਕ ਹੈ ਉਹਨੂੰ ਸੁਣਦੇ ਨਹੀਂ, ਐਵੇਂ ਪਟਰੀਆਂ ਪਾਰ ਕਰਦੇ ਰਹਿੰਦੇ ਆ, ਇਹ ਤਾਂ ਬੜੀ ਵੱਡੀ ਬੇਵਕੂਫੀ ਹੈ। ਠੀਕ ਹੈ ਹਾਂਜੀ, ਉਹ ਤਾਂ ਉਹ ਜਿਹੜਾ ਹਾਦਸਾ ਆ ਉਹ ਵੀ ਬੜਾ ਦੁੱਖਦਾਇਕ ਹੈ, ਹੁਣ ਇਹ ਹੈ ਕਿ ਉਸ ਤੋਂ ਸਿੱਖਣਾ ਚਾਹੀਦਾ ਸੀ ਇਹਨਾਂ ਨੂੰ, ਇੱਥੇ ਵੀ ਗਾਰਡ ਖੜ੍ਹੇ ਕਰਨੇ ਚਾਹੀਦੇ ਸੀ ਕੋਈ, ਕਿ ਜਿਹੜਾ ਟ੍ਰੇਨ ਆਉਂਦੀ ਹੈ ਪ੍ਰੋਪਰ ਇੱਕ ਗਾਰਡ ਉਸ ਸਾਈਡ, ਇੱਕ ਗਾਰਡ ਇੱਕ ਸਾਈਡ ਹੋਵੇ ਠੀਕ ਹੈ, ਪ੍ਰੋਪਰ ਵਿਸਲ ਵਜਾਵੇ ਔਰ ਦੱਸ ਦੇਵੇ ਕਿ ਹਾਂ ਟ੍ਰੇਨ ਆ ਰਹੀ, ਸਾਰੇ ਸਾਈਡ ਹੋ ਜਾਏ, ਕਿਸੇ ਨੂੰ ਪਟਰੀਆਂ ਨਾ ਕਰੋਸ ਕਰਨ ਦਿੱਤੀਆਂ ਜਾਣ, ਫਿਰ ਹਾਸਾ ਟਲ ਜਾਂਦਾ ਜੀ, ਫਿਰ ਹਾਸਾ ਟਲ ਜਾਂਦਾ, ਫਿਰ ਇਹ ਹਾਸਾ ਨਾ ਹੁੰਦਾ। ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜੀ ਹੁਣ ਰੇਲ ਹਾਦਸੇ? ਇੱਥੇ ਫਿਲਹਾਲ ਇੱਕ ਬੰਦੇ ਦੀ ਮੌਤ ਹੋਈ ਹੈ, ਇੱਕ ਜ਼ਖਮੀ ਹੈ। ਇੱਕੋ ਮੰਦਰ ਕੋਲ ਵੀ ਹੋਈ ਜੀ ਕੱਲ੍ਹ ਪਰਸੋਂ ਦੀ ਗੱਲ ਹੈ? ਇੱਕ ਮੰਦਰ ਕੋਲ ਵੀ ਹੋਈ ਹੈ। ਭਾਜੀ ਇਹਨੂੰ ਕੋਈ ਹੋ ਗਿਆ ਹੋਣਾ, ਪੌਣਾ ਘੰਟਾ ਹੋ ਗਿਆ। ਉਹ ਆ ਗਿਆ, ਇਹਨਾਂ ਨੂੰ ਹੋ ਗਿਆ ਹੋਊਗਾ ਅੱਧਾ ਘੰਟਾ ਹੋ ਗਿਆ, ਘੰਟਾ ਕੁ ਲਾ ਲਓ ਜੀ, ਇੰਨੀ ਦੇਰ 'ਚ ਆ ਗਈ ਸੀ।